ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਜੀ? ਆਈ ਹੋਪ ਤੁਸੀਂ ਠੀਕ ਠਾਕ ਹੋਗੇ। ਅਤੇ ਅੱਜ ਦਾ ਬਲੌਗ ਸਾਡਾ ਫਿਰ ਹੈਗਾ ਵਾ ਪ੍ਰਭਾਤ ਫੇਰੀ ਦਾ। ਅੱਜ ਆ ਰਹੀ ਸਾਡੇ ਤਾਏ ਘਰ ਪ੍ਰਭਾਤ ਫੇਰੀ, ਦੋਵਾਂ ਤਾਇਆਂ ਘਰ ਹੀ। ਇੱਕ ਦੇ ਘਰ ਵਿੱਚ ਹੈਗਾ ਪ੍ਰਸਾਦ ਕੇਲਿਆਂ ਦਾ, ਅਤੇ ਇੱਕ ਦੇ ਘਰ ਵਿੱਚ ਪ੍ਰਸਾਦ ਹੈਗਾ ਵਾ ਨਾਨਾ ਦਾ। ਅਤੇ ਆਓ ਜਾ ਕੇ ਦਰਸ਼ਨ ਕਰੀਏ ਪ੍ਰਭਾਤ ਫੇਰੀ ਦੇ, ਗੁਰੂ ਮਹਾਰਾਜ ਸਭ ਸੁਣੀਏ, ਅਤੇ ਨਾਲੇ ਤੁਹਾਨੂੰ ਦਿਖਾਉਂਦੇ ਹਾਂ ਕਲਿੱਪ। ਅਤੇ ਵਾਹਿਗੁਰੂ ਦਾ ਕਰੋ ਜਾਪ ਸਾਜਣੇ, ਅਤੇ ਕਰੋ ਯਾਦ ਗੁਰੂ ਗੋਬਿੰਦ ਸਿੰਘ ਦੇ ਜਨਮਦਿਨ ਨੂੰ। ਇੱਕ ਪਾਸੇ ਸ਼ਹੀਦੀ ਚੱਲ ਰਹੀ ਹੈ, ਅਤੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਦੇ ਜਨਮਦਿਨ ਦੀਆਂ ਪ੍ਰਭਾਵ ਪੀੜੀਆਂ ਸ਼ੁਰੂ ਹੋ ਗਈਆਂ। ਅਤੇ ਕਿਵੇਂ ਅਨੋਖਾ ਹੈਗਾ ਏ ਇਤਿਹਾਸ। ਅਤੇ ਚਲੋ ਤੁਹਾਨੂੰ ਵਿਖਾਲਦੇ ਹਾਂ ਪ੍ਰਭਾਵ ਫੇਰੀ ਆਪਣੇ ਪਿੰਡ ਦੀ ਅਤੇ ਤਾਏ ਘਰ ਆਉਂਦੀ। ਓਕੇ ਜੀ, ਕਰੋ। ਇਹ ਬਣਦੇ ਜੀ ਨਾਨ, ਇਹ ਫੇਰ ਗਰਮ ਕਰ ਦੇਣੀ ਜਾਂ ਫੇਰ ਗਰਮ ਕਰ ਦੇਣੀ? ਇਹ ਠੰਡੇ ਹੋਣੇ ਫੇਰ। ਚਣਿਆਂ ਦੀ ਹੋਈ, ਚਣੇ ਚਣੇ ਮਸਾਲਾ ਲਓ ਜੀ। ਬਹੁਤ ਨੂੰ ਗਿਆ ਵਾ, ਲਓ ਜੀ। ਆਹ ਹਲਵਾਈ ਸਾਹਿਬ ਪੁਰਾਣੇ, ਹਾਂ ਬਾਬਾ ਹੈ, ਬਾਬਾ ਬਾਬਾ ਥੱਲੇ ਪਤਾ ਨੀ ਲੱਗਦੇ। ਹਾਂ ਆ ਚਾਹ ਜੀ, ਚਾਹ ਦਾ ਪਾਣੀ ਬਣਦੀ ਚਾਹ ਜੀ। ਮੇਨ ਹਲਵਾਈ ਤੇ ਇੱਥੇ ਡਿਆ ਵਾ, ਮੇਨ ਹਲਵਾਈ। ਹਾਂ ਮੇਨ ਹਲਵਾਈ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਜੀ? ਬਣ ਗਈ ਚਟਨੀ? ਬਣ ਗਈ, ਲੂਣ ਲਾਣੀ ਪਾਉਣ ਵਾਲਾ। ਹਜੇ ਧਨੀਆ ਧੁਨੀਆ ਪੀਸਣ ਵਾਲਾ ਜ਼ਿਆਦਾ? ਉਹਨੂੰ ਪੀਸਣ ਲੱਗਿਆ ਮਹੀਨਾ ਲੱਗਣਾ, ਗੰਦ ਬੜੀ ਜ਼ਿਆਦਾ ਵਾ। ਚਲੋ ਵਧੀਆ, ਚੜ ਜਾਏ ਮਸਾਲੇ ਪੂਰੇ ਪੈਣਗੇ ਤੇ ਫੇਰ ਕਾਇਮ ਹੋਣੀ ਹੈ। ਅਜੇ ਹਲਵਾਈਆਂ ਦੇ ਅੰਦਰ ਵੀ ਕੁਝ ਜਾਊਗਾ, ਫੇਰ ਫੇਰ ਇੱਦਾਂ ਦੇ ਪ੍ਰਭਾਵ ਫੇਰੀ ਆ ਲੱਗੀ ਆ। ਨਾਨਾ ਦੀ ਤਿਆਰੀ ਕਰਨ ਦੀ ਫੁੱਲ ਤਾਏ ਘਰ ਆ ਰਹੀ ਆ ਪ੍ਰਭਾਵ ਫੇਰੀ, ਅਜੇ ਉਧਰ ਵੀ ਆਉਣੀ ਆ। ਉੱਧਰ ਕੇਲਿਆਂ ਦਾ ਪ੍ਰਸਾਦ, ਇੱਧਰ ਨਾਨਾ ਦਾ ਪ੍ਰਸਾਦ। ਸੰਗਤ ਆ ਰਹੀ ਜੀ, ਲੈਟਰ ਪੈਂਦੀ ਉਹ ਦੇਖਦੇ ਆ, ਧੁੰਦ ਜਿੰਨਾ ਕੁ ਦੇਣਾ। ਬਾਬੇ ਚੱਕਰ ਤੱਕਾਂ ਦੋਵਾਂ ਘਰ ਆਉਣੀ ਤਾਏ ਘਰ, ਅਜੇ ਪਤਾ ਨਹੀਂ ਲੱਗਣਾ ਕਿਹੜੇ ਘਰ ਜਾਣੀ। ਫਾਈਨਲੀ ਇੱਧਰ ਆ ਗਈ ਆ। ਸਾਰੇ ਪੈਣੇ ਗਾੜੀ
Wow.